ਬੇਹੱਦ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਹੀ ਪਰਿਵਾਰ 'ਚ ਇੱਕ ਹੀ ਦਿਨ ਦੇ ਵਿੱਚ 2 ਸੱਥਰ ਵਿਛ ਗਏ ਨੇ। ਜਾਂ ਦੱਸ ਦਈਏ ਕਿ 3 ਭਰਾਵਾਂ ਦੀ ਇਕਲੌਤੀ ਭੈਣ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ, ਅਤੇ ਜਦੋਂ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਬਚਾਉਣ ਦੇ ਲਈ ਭਾਖੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਤਾਂ ਉਹ ਵੀ ਡੁੱਬ ਗਿਆ ਅਤੇ ਦੋਨਾਂ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ, ਅਤੇ ਜਾਣਕਾਰੀ ਅਨੁਸਾਰ ਭੈਣ ਦੀ ਘਰ ਦੇ ਵਿੱਚ ਕਿਸੇ ਗੱਲ 'ਤੇ ਲੜਾਈ ਹੋ ਗਈ ਸੀ ਅਤੇ ਭੈਣ ਭਾਖੜਾ ਨਹਿਰ 'ਤੇ ਆ ਗਈ ਸੀ, ਅਤੇ ਜਦੋਂ ਭੈਣ ਨੂੰ ਲੱਭਦੇ 3 ਭਰਾ ਭਾਖੜਾ ਨਹਿਰ 'ਤੇ ਪਹੁੰਚੇ ਤਾਂ ਭਰਾਵਾਂ ਨੂੰ ਦੇਖਦੇ ਸਾਰ ਹੀ ਭੈਣ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ, ਅਤੇ ਇੱਕ ਭਰਾ ਨੇ ਜਦੋਂ ਭੈਣ ਨੂੰ ਬਚਾਉਣ ਦੇ ਲਈ ਨਹਿਰ ਦੇ ਵਿੱਚ ਛਾਲ ਮਾਰੀ ਤਾਂ ਉਹ ਵੀ ਡੁੱਬਣ ਲੱਗਾ, ਅਤੇ ਦੋਵਾਂ ਭੈਣ ਭਰਾਵਾਂ ਨੂੰ ਡੁੱਬਦੇ ਹੋਏ ਦੇਖ ਦੋਨਾਂ ਭਰਾਵਾਂ ਦੇ ਵੱਲੋਂ ਵੀ ਛਾਲ ਮਾਰੀ ਗਈ, ਅਤੇ ਇਹ ਦੋਨੋਂ ਵੀ ਡੁੱਬਣ ਲੱਗੇ ਸੀ। ਪਰ ਜਦੋਂ ਲਾਗੇ ਆਉਂਦੇ ਜਾਂਦੇ ਰਾਹੀਆਂ ਨੇ ਇਹਨਾਂ ਨੂੰ ਡੁੱਬਦੇ ਹੋਏ ਦੇਖਿਆ ਤਾਂ ਉਹਨਾਂ ਨੇ ਆਪਣੀ ਪੱਗ ਨਹਿਰ ਦੇ ਵਿੱਚ ਸੁੱਟ ਕੇ ਇਹਨਾਂ ਦੋਨਾਂ ਭਰਾਵਾਂ ਦੀ ਜਾਨ ਬਚਾ ਲਈ, ਅਤੇ 2 ਭੈਣ ਭਰਾ ਜਿਹੜੇ ਨੇ ਉਹ ਮੌਕੇ 'ਤੇ ਉਹਨਾਂ ਦੀ ਜਾਨ ਚਲੀ ਗਈ ਹੈ। ਭੈਣ ਦੀ ਲਾਸ਼ ਨੂੰ ਗੋਤਾਖੋਰਾਂ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਹੈ, ਅਤੇ ਭਰਾ ਦੀ ਲਾਸ਼ ਦੀ ਹੱਲੇ ਭਾਲ ਜਾ ਰਹੀ ਹੈ। ਜਿਵੇਂ ਦੱਸਦੀਏ ਕਿ ਇਹ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ, ਅਤੇ ਹੱਸਦਾ ਵੱਸਦਾ ਪਰਿਵਾਰ ਉੱਜੜ ਗਿਆ। ਇੱਕ ਹੀ ਦਿਨ ਦੇ ਵਿੱਚ ਇਸ ਪਰਿਵਾਰ ਦੇ ਵਿੱਚ 70 ਵਿਛ ਗਏ ਨੇ। ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਤਸਵੀਰਾਂ ਨਹੀਂ ਦੇਖੀਆਂ ਜਾ ਰਹੀਆਂ। ਬੇਹੱਦ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਹੀ ਪਰਿਵਾਰ 'ਚ ਇੱਕ ਹੀ ਦਿਨ ਦੇ ਵਿੱਚ 2 ਸੱਥਰ ਵਿਛ ਗਏ ਨੇ। ਜਾਂ ਦੱਸ ਦਈਏ ਕਿ 3 ਭਰਾਵਾਂ ਦੀ ਇਕਲੌਤੀ ਭੈਣ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ, ਅਤੇ ਜਦੋਂ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਬਚਾਉਣ ਦੇ ਲਈ ਭਾਖੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਤਾਂ ਉਹ ਵੀ ਡੁੱਬ ਗਿਆ, ਅਤੇ ਦੋਨਾਂ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ, ਅਤੇ ਜਾਣਕਾਰੀ ਅਨੁਸਾਰ ਭੈਣ ਦੀ ਘਰ ਦੇ ਵਿੱਚ ਕਿਸੇ ਗੱਲ 'ਤੇ ਲੜਾਈ ਹੋ ਗਈ ਸੀ ਅਤੇ ਭੈਣ ਭਾਖੜਾ ਨਹਿਰ 'ਤੇ ਆ ਗਈ ਸੀ, ਅਤੇ ਜਦੋਂ ਭੈਣ ਨੂੰ ਲੱਭਦੇ ਲੱਭਦੇ 3 ਭਰਾ ਭਾਖੜਾ ਨਹਿਰ 'ਤੇ ਪਹੁੰਚੇ ਤਾਂ ਭਰਾਵਾਂ ਨੂੰ ਦੇਖਦੇ ਸਾਰ ਹੀ ਭੈਣ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ, ਅਤੇ ਇੱਕ ਭਰਾ ਨੇ ਜਦੋਂ ਭੈਣ ਨੂੰ ਬਚਾਉਣ ਦੇ ਲਈ ਨਹਿਰ ਦੇ ਵਿੱਚ ਛਾਲ ਮਾਰੀ ਤਾਂ ਉਹ ਵੀ ਡੁੱਬਣ ਲੱਗਾ, ਅਤੇ ਦੋਵਾਂ ਭੈਣ ਭਰਾਵਾਂ ਨੂੰ ਡੁੱਬਦੇ ਹੋਏ ਦੇਖ ਦੋਨਾਂ ਭਰਾਵਾਂ ਦੇ ਵੱਲੋਂ ਵੀ ਛਾਲ ਮਾਰੀ ਗਈ, ਅਤੇ ਇਹ ਦੋਨੋਂ ਵੀ ਡੁੱਬਣ ਲੱਗੇ ਸੀ। ਪਰ ਜਦੋਂ ਲਾਗੇ ਆਉਂਦੇ ਜਾਂਦੇ ਰਾਹੀਆਂ ਨੇ ਇਹਨਾਂ ਨੂੰ ਡੁੱਬਦੇ ਹੋਏ ਦੇਖਿਆ ਤਾਂ ਉਹਨਾਂ ਨੇ ਆਪਣੀ ਪੱਗ ਨਹਿਰ ਦੇ ਵਿੱਚ ਸੁੱਟ ਕੇ ਇਹਨਾਂ ਦੋਨਾਂ ਭਰਾਵਾਂ ਦੀ ਜਾਨ ਬਚਾ ਲਈ, ਅਤੇ 2 ਭੈਣ ਭਰਾ ਜਿਹੜੇ ਨੇ ਉਹ ਮੌਕੇ 'ਤੇ ਉਹਨਾਂ ਦੀ ਜਾਨ ਚਲੀ ਗਈ ਹੈ। ਭੈਣ ਦੀ ਲਾਸ਼ ਨੂੰ ਗੋਤਾਖੋਰਾਂ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਹੈ, ਅਤੇ ਭਰਾ ਦੀ ਲਾਸ਼ ਦੀ ਹੱਲੇ ਭਾਲ ਜਾ ਰਹੀ ਹੈ। ਜਿਵੇਂ ਦੱਸਦੀਏ ਕਿ ਇਹ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ, ਅਤੇ ਹੱਸਦਾ ਵੱਸਦਾ ਪਰਿਵਾਰ ਉੱਜੜ ਗਿਆ। ਇੱਕ ਹੀ ਦਿਨ ਦੇ ਵਿੱਚ ਇਸ ਪਰਿਵਾਰ ਦੇ ਵਿੱਚ 70 ਵਿਛ ਗਏ ਨੇ। ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਤਸਵੀਰਾਂ ਨਹੀਂ ਦੇਖੀਆਂ ਜਾ ਰਹੀਆਂ। ਬੇਹੱਦ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਹੀ ਪਰਿਵਾਰ 'ਚ ਇੱਕ ਹੀ ਦਿਨ ਦੇ ਵਿੱਚ 2 ਸੱਥਰ ਵਿਛ ਗਏ ਨੇ। ਜਾਂ ਦੱਸ ਦਈਏ ਕਿ 3 ਭਰਾਵਾਂ ਦੀ ਇਕਲੌਤੀ ਭੈਣ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ, ਅਤੇ ਜਦੋਂ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਬਚਾਉਣ ਦੇ ਲਈ ਭਾਖੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਤਾਂ ਉਹ ਵੀ ਡੁੱਬ ਗਿਆ, ਅਤੇ ਦੋਨਾਂ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ, ਅਤੇ ਜਾਣਕਾਰੀ ਅਨੁਸਾਰ ਭੈਣ ਦੀ ਘਰ ਦੇ ਵਿੱਚ ਕਿਸੇ ਗੱਲ 'ਤੇ ਲੜਾਈ ਹੋ ਗਈ ਸੀ ਅਤੇ ਭੈਣ ਭਾਖੜਾ ਨਹਿਰ 'ਤੇ ਆ ਗਈ ਸੀ, ਅਤੇ ਜਦੋਂ ਭੈਣ ਨੂੰ ਲੱਭਦੇ ਲੱਭਦੇ 3 ਭਰਾ ਭਾਖੜਾ ਨਹਿਰ 'ਤੇ ਪਹੁੰਚੇ ਤਾਂ ਭਰਾਵਾਂ ਨੂੰ ਦੇਖਦੇ ਸਾਰ ਹੀ ਭੈਣ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ, ਅਤੇ ਇੱਕ ਭਰਾ ਨੇ ਜਦੋਂ ਭੈਣ ਨੂੰ ਬਚਾਉਣ ਦੇ ਲਈ ਨਹਿਰ ਦੇ ਵਿੱਚ ਛਾਲ ਮਾਰੀ ਤਾਂ ਉਹ ਵੀ ਡੁੱਬਣ ਲੱਗਾ, ਅਤੇ ਦੋਵਾਂ ਭੈਣ ਭਰਾਵਾਂ ਨੂੰ ਡੁੱਬਦੇ ਹੋਏ ਦੇਖ ਦੋਨਾਂ ਭਰਾਵਾਂ ਦੇ ਵੱਲੋਂ ਵੀ ਛਾਲ ਮਾਰੀ ਗਈ, ਅਤੇ ਇਹ ਦੋਨੋਂ ਵੀ ਡੁੱਬਣ ਲੱਗੇ ਸੀ। ਪਰ ਜਦੋਂ ਲਾਗੇ ਆਉਂਦੇ ਜਾਂਦੇ ਰਾਹੀਆਂ ਨੇ ਇਹਨਾਂ ਨੂੰ ਡੁੱਬਦੇ ਹੋਏ ਦੇਖਿਆ ਤਾਂ ਉਹਨਾਂ ਨੇ ਆਪਣੀ ਪੱਗ ਨਹਿਰ ਦੇ ਵਿੱਚ ਸੁੱਟ ਕੇ ਇਹਨਾਂ ਦੋਨਾਂ ਭਰਾਵਾਂ ਦੀ ਜਾਨ ਬਚਾ ਲਈ, ਅਤੇ 2 ਭੈਣ ਭਰਾ ਜਿਹੜੇ ਨੇ ਉਹ ਮੌਕੇ 'ਤੇ ਉਹਨਾਂ ਦੀ ਜਾਨ ਚਲੀ ਗਈ ਹੈ। ਭੈਣ ਦੀ ਲਾਸ਼ ਨੂੰ ਗੋਤਾਖੋਰਾਂ ਦੇ ਵੱਲੋਂ ਬਰਾਮਦ ਕਰ ਲਿਆ ਗਿਆ ਹੈ, ਅਤੇ ਭਰਾ ਦੀ ਲਾਸ਼ ਦੀ ਹੱਲੇ ਭਾਲ ਜਾ ਰਹੀ ਹੈ। ਜਿਵੇਂ ਦੱਸਦੀਏ ਕਿ ਇਹ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ, ਅਤੇ ਹੱਸਦਾ ਵੱਸਦਾ ਪਰਿਵਾਰ ਉੱਜੜ ਗਿਆ। ਇੱਕ ਹੀ ਦਿਨ ਦੇ ਵਿੱਚ ਇਸ ਪਰਿਵਾਰ ਦੇ ਵਿੱਚ 70 ਵਿਛ ਗਏ ਨੇ। ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ, ਤਸਵੀਰਾਂ ਨਹੀਂ ਦੇਖੀਆਂ ਜਾ ਰਹੀਆਂ।